ਓਏ ਸਮਾਂ ਟੀਵੀ ਵਾਲੇ ਆਏ ਹੀ। ਅੱਛਾ ਆ ਜਾ ਫਿਰ ਆਪਾਂ ਆਪਣੀ ਜਗ੍ਹਾ ਤੇ ਖਲੋਈਏ ਜਾ ਕੇ। ਇੱਥੇ ਕੋਈ ਡਰਾਮਾ ਨੀ ਕਰਨਾ। ਓਏ ਮੇਰੇ ਭਾਅ ਨੂੰ ਕੁਛ ਨਾ ਕਹ। ਚੱਲ ਮੈਂ ਫਿਰ ਤੈਨੂੰ ਕਹਿ ਲੈਣਾ। ਓਏ ਨਾ ਲਾ ਲੋ ਯਾਰ, ਤੂੰ ਲੜੀ ਜਾਣੇ ਪਰੇ ਹੋ। ਚਾਚੂ ਤੂੰ ਵਿੱਚ ਮੇ ਨਾ ਹੋ, ਜਰਾ ਤੂੰ ਸਾਈਡ ਤੇ ਹੋ ਜਾ। ਸੱਲੂ ਬਾਈ ਰੁਕੋ ਜਰਾ। ਓਏ ਤੂੰ ਸਾਡੀ ਲੜਾਈ ਦੇ ਵਿੱਚ ਨਾ ਹੋ, ਐਵੇਂ ਛਿੰਦ ਥਾਏ ਨਾ ਮੇਰੇ ਤੋਂ ਚੱਲ ਦਫਾ ਹੋ ਜਾ ਤੂੰ। ਓਏ ਬੜੋਂ ਕੀ ਦੁਆਏ ਲੇਤੇ ਹੋਤੇ ਹੈ, ਜਾ ਮੇਰਾ ਪੁੱਤਰ ਅੱਲਾ ਤੁਮੇ ਮਹਿੰਗੇ ਦਾਮ ਬਿਕਵਾਏ। ਓ ਚੱਲ ਇਹ ਮੇਰੇ ਨਾਲ ਲੜਦਾ ਨਾ ਤਾਂ ਮੈਂ ਫੇਰ ਤੂੰ ਮੇਰੇ ਨਾਲ ਲੜ, ਮੈਂ ਤੈਨੂੰ ਦੱਸਾਂ। ਬਸ ਬਸ ਮੈਂ ਰਾਜ ਗਿਆ ਭਾਜਨ, ਬਸ ਕਰੋ। ਰਾਜ ਨੀ ਗਿਆ ਤੂੰ, ਇਹ ਆ ਥੋੜੇ ਜਿਹਾ ਖਾਲਾ, ਬਸ ਆ ਲੈ। ਖਾਲਾ ਖਾਲਾ ਏ ਓ ਮਾਂ ਖਾਲੀ ਆ। ਓਏ ਖਾਲਾ ਥੋੜੇ ਖਾਲਾ ਓ ਖਾਲਾ ਖਾਲਾ ਚੱਲ। ਚੰਗਾ ਰਿਹਾ ਹੁਣ ਇੰਨੀ ਉਦਾਸੀ ਦੀ ਵਜ੍ਹਾ? ਤੁਹਾਨੂੰ ਤਾਂ ਨਾ ਬਿਜਲੀ ਦਾ ਬਿੱਲ ਆਉਂਦਾ, ਨਾ ਗੈਸ ਦਾ, ਨਾ ਪੈਟਰੋਲ ਦੀ ਟੈਨਸ਼ਨ। ਗੱਲ ਤੇ ਕਰ, ਤੂੰ ਤੇ ਦਿਲ ਨੂੰ ਹੀ ਲਾ ਲਈ। ਦੇਵਦਾਸ ਫਿਲਮ ਵੇਖੀ ਤੂੰ? ਮੈਂ ਸੁਣਿਆ ਜੀ ਕਿ ਤੁਹਾਨੂੰ ਕੁਰਬਾਨੀ ਤੋਂ ਇੱਕ ਦਿਨ ਪਹਿਲੇ ਛੁਰੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ, ਇਹ ਗੱਲ ਸਹੀ ਆ ਕਿ ਐਵੇਂ ਗੱਲਾਂ ਹੀ ਬਣੀਆਂ? ਉਧਰ ਕੀ ਹੋਇਆ? ਓਏ ਮੈਂ ਮਰ ਗਿਆ। ਓਏ ਮੈਨੂੰ ਛੁਰੀਆਂ ਨਜ਼ਰ ਆਉਣ ਲੱਗ। ਪਾਣੀ ਲਿਆਓ। ਓਏ ਮੈਨੂੰ ਬਚਾਓ। ਓਏ ਮੈਨੂੰ ਛੁਰੀਆਂ ਨਜ਼ਰ ਆਉਣ ਲੱਗ ਪਈਆਂ ਕਿਸੇ ਵੀ। ਇੱਕ ਮਿੰਟ ਇੱਕ ਮਿੰਟ। ਓਏ ਮੈਨੂੰ ਬਚਾਓ। ਠਹਿਰ ਤਰਾ। ਓਏ ਨੂੰ ਛੁਰੀ ਫੇਰ ਲੋ ਛੇਤੀ। ਕਿਹੜੀ ਛੁਰੀ ਓ ਭਾਈ, ਮੈਂ ਤਾਂ ਸ਼ੁਗਰ ਲੱਗਾ। ਤੈਨੂੰ ਛੁਰੀਆਂ ਨਜ਼ਰ ਆਉਂਦੀਆਂ ਨਹੀਂ? ਓਏ ਤੂੰ ਤੇ ਫੀਮੇਲ ਆ। ਆਹੋ ਜਾ ਦਫਾ ਜਾ। ਤੂੰ ਤੇ ਗੁੱਸਾ ਹੀ ਕਰ ਗਈ। ਓ ਭਾਈ ਉਹਨਾਂ ਨੂੰ ਰੋਕ, ਤੂੰ ਆਰਾਮ ਨਾਲ ਇੱਥੇ ਬੈਠਾ ਉਹਨਾਂ ਦਾ ਮੂੰਹ ਵੇਖੀ ਜਾਂਦੇ ਆ। ਉਹ ਲੜ ਲੜ ਕੇ ਮਰੀ ਜਾਂਦੇ ਉਧਰ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਲਓ ਜੀ ਮੈਨੂੰ ਮੰਡੀ ਦੇ ਵਿੱਚੋਂ ਸਭ ਤੋਂ ਖੂਬਸੂਰਤ ਇਹ ਤੁਹਾਡੇ ਦੋ ਬੱਕਰੇ ਲੱਗੇ ਨੇ, ਤੇ ਕੀ ਵਜ੍ਹਾ ਹੈ? ਵਿਕੇ ਕਿਉਂ ਨਹੀਂ ਹਾਲੇ ਤੱਕ? ਵਿਕ ਜਾਣੇ ਚਾਹੀਦੇ ਸੀ ਹੁਣ ਤੱਕ ਮੇਰੇ ਸਾਹਮਣੇ। ਲੋਕਾਂ ਕੋਲ ਪੈਸੇ ਮੌਕਾ ਹੈ। ਜੇ ਪਤਾ ਸੀ ਪੈਸੇ ਮੌਕੇ ਤਾਂ ਲਿਆਂਦਾ ਕਿਉਂ ਇਹਨਾਂ ਨੂੰ? ਸ਼ਾਤ ਮਾ ਕਿਆ, ਪਰ ਨਹੀਂ ਵਿਕੇ। ਕਿਉਂ ਨਹੀਂ ਵਿਕੇ? ਕੀ ਗੱਲ, ਪਲਾਸਟਿਕ ਦੇ ਹੈ? ਇੱਕ ਤੇ ਦੰਦ ਚੋਂ ਲਹੂ ਵਗਦਾ, ਇਸ ਤੋਂ ਦੰਦ ਚੋਂ ਲਹੂ ਵਗਦਾ ਤੇ ਕੀ ਮਤਲਬ? ਸੁਬਹ ਸੁਬਹ ਠਾ ਕੇ ਇਹਨਾਂ ਨੂੰ ਬੁਰਸ਼ ਨਹੀਂ ਕਰਾਉਂਦੇ ਰਹੇ ਤੁਸੀਂ? ਅੱਛਾ ਇਹ ਦੱਸੋ ਵੀ ਦੋਵੇਂ ਆਪਸ ਵਿੱਚ ਲੱਗਦੇ ਕੀ ਨੇ? ਕਜ਼ਨ ਨੇ। ਤੇ ਤੁਸੀਂ ਦੋਵੇਂ? ਅਸੀਂ ਵੀ। ਅੱਛਾ ਅੱਛਾ, ਤੇ ਇਹ ਦੋਵੇਂ? ਪੜਾ ਪੜਾ। ਤੇ ਤੁਸੀਂ ਦੋਵੇਂ? ਅਸੀਂ ਵੀ ਪੜਾ ਪੜਾ। ਮਤਲਬ ਇੱਕ ਤੁਸੀਂ ਭਰਾ ਭਰਾ, ਚਾਰੇ ਜਾਣੇ? ਹਾਂਜੀ ਹਾਂਜੀ। ਚਲੋ ਇੱਕ ਤੋਂ ਦਸ ਤੱਕ ਗਿਣਤੀ ਸੁਣਾ। 1, 2, 3, 4, 5, 6, 7, 8, 9, 10। ਓਏ ਉਰੇ ਆਵਾ, ਗੱਲ ਸੁਣ। ਮੈਨੂੰ ਇਹ ਦੱਸੇ ਨਾ ਵੀ ਤੂੰ ਬੱਕਰਿਆਂ ਦਾ ਨਾਂ ਦਾ, ਮੈਂ ਸਾਰੇ ਖਲੋਤੇ, ਤੂੰ ਕੱਲਾ ਹੀ ਮੰਜੀ ਤੇ ਚੜ ਕੇ ਬੈਠਾ। ਹੈਲੋ ਹੈਲੋ, ਤੂੰ ਸਮਝਾਉਂਦਾ ਨੀ ਇਹਨੂੰ? ਉਹਨੂੰ ਪਤਾ ਹੀ ਨੀ ਵੀ ਬੰਦੇ ਦੇ ਨਾਲ ਗੱਲ ਕਿਸ ਤਰ੍ਹਾਂ ਕਰੀ ਦੀ। ਉਹ ਜਾ ਮੈਂ ਘੋਟੋੜ ਨਾ ਖਾਲੀ। ਕੀ ਕਿਹਾ? ਕੈਸੀ ਨਲਕੀ ਵਰਗੀ ਸ਼ਕਲ ਆ ਤੇਰੀ। ਇੱਕ ਮਿੰਟ ਕੰਦ ਵਿੱਚ ਮੇਰੀ ਗੱਲ ਖੈਰ, ਇੱਕ ਮਿੰਟ ਇੱਥੇ ਰੱਖ, ਗੱਲ ਸੁਣ ਲਾ। ਮੈਂ ਕਹੀ ਨਾ ਤੇਰੇ ਫਾਇਦੇ ਦੀ ਗੱਲ ਆ ਚੌਰੀ, ਇੱਕ ਮਿੰਟ ਮੇਰੀ ਗੱਲ ਸੁਣ ਲਾ। ਹਿੱਲੀ ਨਾ ਇੱਥੋਂ, ਹੁਣ ਮੈਂ ਤੈਨੂੰ ਦੱਸ ਦਿੰਦਾ ਗੱਲ ਸੁਣ। ਜਾ ਕਿੱਡਾ ਗੰਦਾ ਜ਼ੇਨ ਆ ਤੇਰਾ। ਅਸਲਾਮ ਅਲੈਕੁਮ ਬਜ਼ੁਰਗੋ। ਵਾਲੇਕੁਮ ਸਲਾਮ। ਇਹਨਾਂ ਦਾ ਕੱਦ ਕਾਠ, ਰੰਗਤ ਤੇ ਇਹਨਾਂ ਦੀ ਜਵਾਨੀ ਦੱਸ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਬਿਲਕੁਲ ਪੁੱਤਰਾਂ ਵਾਂਗੂ ਪਾਲਿਆ। ਹਾਂਜੀ, ਪੁੱਤਰਾਂ ਵਾਂਗੂ ਪਾਲਣਾ ਸੀ, ਹੋਰ ਮੈਂ ਇਹਨਾਂ ਨੂੰ ਸਾਲਿਆਂ ਵਾਂਗੂ ਪਾਲਣਾ ਸੀ। ਕਿੰਨਾ ਰੇਟ ਕੱਢਿਆ ਤੁਸੀਂ ਇਹਨਾਂ ਦਾ? ਕਿੰਨੇ ਪੈਸੇ ਮੰਗਦੇ ਜੀ? ਬਹੁਤੇ ਨਹੀਂ, ਬਸ 2 ਕਰੋੜ। 2 ਕਰੋੜ ਥੋੜਾ ਨਹੀਂ ਇਹਨਾਂ ਦਾ? ਨਹੀਂ ਸਹੀ ਹੈ। ਲੱਗੇ ਕਿੰਨੇ ਨੇ ਪੈਸੇ? ਕੋਈ ਵੀ ਨਹੀਂ ਹਾਲੇ ਤੱਕ। ਐਂਡ ਕਿੰਨੇ ਕਿਤੇ ਦੇਣੇ ਤੁਸੀਂ? 20,000 ਤੱਕ ਦੇ ਦੇਣੇ। ਇੰਨੇ ਮਹਿੰਗੇ? ਹਾਂਜੀ। ਚਲੋ ਦੇਖਦੇ ਹਾਂ ਜੀ ਕਿ ਇਹ ਜੋੜੀ ਕਿਹਦੇ ਨਸੀਬਾਂ ਦੇ ਵਿੱਚ। ਬਿਲਕੁਲ ਭਾਈ ਜਾਨ, ਜਿਹਦੀ ਕਿਸਮਤ 'ਚ ਲਿਖੀ ਹੋਈ ਨਾ। ਹਾਂਜੀ, ਉਹਨੇ ਆਪੇ ਆ। ਬਿਲਕੁਲ, ਤੁਸੀਂ ਤੇ ਖਿਲਾਰ ਕੇ ਚੱਲੋ ਜੋ, ਜਿਹਦੀ ਕਿਸਮਤ 'ਚ ਹੋਈ ਉਹਨੇ ਆਪੇ ਹੀ ਲੈ ਜਾਣੀ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ। ਕਿੰਨੇ ਦਾ ਲੈ ਕੇ ਆਇਆ ਬੱਕਰਾ ਤੁਹਾਨੂੰ? 2,000 ਦਾ। 2,000 ਦਾ? ਵਾਹ ਵਾਹ ਯਾਰ, ਬੜਾ ਸਸਤਾ ਨਹੀਂ ਲੱਭ ਗਿਆ? ਕੈਸਾ ਫਿਰ? ਸਿਰਫ 2,000 ਰੁਪਏ ਦਾ ਪੂਰਾ ਬੱਕਰਾ ਇਹ ਕਿੰਨੇ ਦੇ ਦਿੱਤਾ ਤੁਹਾਨੂੰ ਜਨਾਬ? ਜਿਹਦੇ ਕੋਲੋਂ ਮੈਂ 28 ਪਹਿਲਾਂ ਲੈਣਾ ਸੀ, ਇਹ ਤੇ ਫਿਰ 30 ਦਾ ਹੋ ਗਿਆ। ਹੋ ਗਿਆ। 2 ਦਾ ਕਿਉਂ ਕਿਹਾ? ਮੈਰੀ ਮਰਦੇ ਸ਼ੋਗਾ।